ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ 12 ਦਸੰਬਰ ਨੂੰ ਹੋਵੇਗੀ ਸੌ ਚੱਕ ਸਮਾਗਮ ਪੀਐਮ ਮੋਦੀ ਅਤੇ ਅਮਿਤ ਸ਼ਾਹ ਹੋਣਗੇ ਸ਼ਾਮਲ ਭਪਿੰਦਰ ਪਟੇਲ ਨੇ ਕਹੀ ਵੱਡੀ ਗੱਲ ਤਾ ਦੋਸਤੋ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਭਾਜਪਾ ਨੇ ਇੱਕ ਵੱਡਾ ਐਲਾਨ ਕੀਤਾਗਾ ਪਾਰਟੀ ਹੁਣ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਜਿਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀ ਆਰ ਪਟਲ ਨੇ ਐਲਾਨ ਕੀਤਾ ਕਿ ਗੁਜਰਾਤ ਦੇ ਵਿੱਚ 12 ਦਸੰਬਰ ਨੂੰ ਸੋਹ ਚੁੱਕ ਸਮਾਗਮ ਹੋਵੇਗਾ ਅਤੇ ਭੁਪੇਂਦਰ ਭਾਈ ਪਟੇਲ ਮੁੱਖ ਮੰਤਰੀ ਬਣਨਗੇ ਪਰਦੇਸ਼ ਭਾਜਪਾ ਪ੍ਰਧਾਨ ਸੀਰ ਪਾਟਲ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ 12 ਦਸੰਬਰ ਨੂੰ ਦੁਪਹਿਰੇ 2 ਵਜੇ ਸੌ ਚੁੱਕਣਗੇ ਸੌ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ ਕਿਸ ਪਾਰਟੀ ਨੂੰ ਵਿਰੋਧੀ ਮੰਨਿਆ ਜਾਂਦਾ ਹੈ ਦੇ ਜਵਾਬ ਦੇ ਵਿੱਚ ਸੀਰ ਪਾਟਲ ਨੇ ਕਿਹਾ ਕਿ ਅਸੀਂ ਸਿਰਫ ਕਾਂਗਰਸ ਨੂੰ ਹੀ ਵਿਰੋਧੀ ਮੰਨਦੇ ਹਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕੌਮੀ ਪਾਰਟੀ ਸੀ ਖਤਮ ਹੋ ਰਹੀ ਹੈ ਅਗਲੀ ਖਬਰ ਹੈ ਸੁਪਰੀਮ ਕੋਰਟ ਦੀ ਟਿੱਪਣੀ ਦੇ ਮੰਗਰੋਂ ਨਜਾਇਜ਼ ਸਰਾਬਤੇ ਪੰਜਾਬ ਸਰਕਾਰ ਕਰੇਗੀ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਆਫਕਾਰੀ ਅਧਿਕਾਰੀਆਂ ਨੇ ਬਣਾਈ ਰਣਨੀਤੀ ਤਾ ਦੋਸਤੋ ਸੁਪਰੀਮ ਕੋਰਟ ਦੀ ਟਿੱਪਣੀ ਦੇ ਮਗਰੋਂ ਪੰਜਾਬ ਸਰਕਾਰ ਨੇ ਨਜਾਇਜ਼ ਸ਼ਰਾਬ ਦੇ ਉੱਪਰ ਸਿਕੰਜਾ ਕਸਣ ਦੀ ਤਿਆਰੀ ਬੱਢ ਦਿੱਤੀ ਹੈ ਸਰਕਾਰੀ ਸੂਤਰਾਂ ਦੇ ਮੁਤਾਬਕ ਆਪਕਾਰੀ ਵਿਭਾਗ ਅਤੇ ਆਪਕਾਰੀ ਪੁਲਿਸ ਦੇ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਸਾਂਝੀ ਮੋਹਮ ਨੂੰ ਹੋਰ ਤੇਜ਼ ਕੀਤਾ ਗਿਆ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਜਾਗਰੂਕਤਾ ਮੋਹਮ ਚਲਾਈ ਜਾਵੇਗੀ ਦੱਸ ਦਈਏ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਜੱਜ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਥਾਂ ਥਾਂ ਤੇ ਸ਼ਰਾਬ ਦੀਆਂ ਪੱਟੀਆਂ ਚੱਲ ਰਹੀਆਂ ਨੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਜਿਸ ਨਾਲ ਪੰਜਾਬ ਦੀ ਨੌਜਵਾਨੀ ਤਬਾਹ ਹੋ ਜਾਵੇਗੀ ਇਸ ਮਗਰੋਂ ਪੰਜਾਬ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ ਹਾਂ ਅਗਲੀ ਖਬਰ ਹੈ ਭਾਜਪਾ ਨੇ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਜਿੱਤ ਦਾ ਬਣਾਇਆ ਰਿਕਾਰਡ ਇਸ ਵਾਰ ਵੀ ਟੁੱਟਿਆ ਦੋਸਤੋ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਭਾਜਪਾ ਨੇ ਇੱਕ ਨਵਾਂ ਰਿਕਾਰਡ ਬਣਾਇਆਗਾ ਤੁਹਾਨੂੰ ਦੱਸਿਏ ਕਿ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਉਦੋਂ ਵੀ ਭਾਜਪਾ ਇੰਨੀ ਵੱਡੀ ਜਿੱਤ ਦਰਜ ਨਹੀਂ ਕਰ ਸਕੀ ਸੀ 2001 ਦੇ ਵਿੱਚ ਅੰਦਰੂਨੀ ਉਥਲ-ਪੁਤਲ ਤੋਂ ਬਾਅਦ ਭਾਜਪਾ ਨੇ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਸੀ ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਅਗਲੇ ਹੀ ਸਾਲ 2002 ਦੇ ਵਿੱਚ ਚੋਣਾਂ ਹੋਈਆਂ ਸਨ ਜਿਸ ਚੋਣਾਂ ਦੇ ਵਿੱਚ ਭਾਜਪਾ ਨੇ 127 ਸੀਟਾਂ ਜਿੱਤੀਆਂ ਸਨ 1990 ਤੋਂ ਬਾਅਦ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਸੀ 1998 ਦੇ ਵਿੱਚ ਭਾਜਪਾ ਨੂੰ 117 ਸੀਟਾਂ ਮਿਲੀਆਂ ਸਨ ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਗੁਜਰਾਤ ਮਾਡਲ ਦਾ ਜ਼ੋਰਦਾਰ ਪ੍ਰਚਾਰ ਕੀਤਾ 2007 ਤੋਂ ਲੈ ਕੇ 2012 ਦੀਆਂ ਚੋਣਾਂ ਵਿੱਚ ਪਾਰਟੀ ਗੁਜਰਾਤੀ ਪਸਾਰਣ ਅਤੇ ਗੁਜਰਾਤ ਮਾਡਲ ਨੂੰ ਅੱਗੇ ਵਧਾ ਕੇ ਚੋਣ ਮੈਦਾਨ ਵਿੱਚ ਉਤਰੀ ਪਾਰਟੀ ਨੇ ਦੋਵੇਂ ਚੋਣਾਂ ਬੇਸਖ ਜਿੱਤੀਆਂ ਪਰ ਸੀਟਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟ ਗਈ 2007 ਦੇ ਵਿੱਚ ਭਾਜਪਨ 117 ਸੀਟਾਂ ਜਿੱਤੀਆਂ ਸਨ ਅਤੇ 2012 ਦੇ ਵਿੱਚ 115 ਮੋਦੀ ਨੇ 2012 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਰਾਸ਼ਟਰੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ 2017 ਦੇ ਵਿੱਚ ਮੋਦੀ ਦੇ ਚਿਹਰੇ ਨੂੰ 100 ਤੋਂ ਘੱਟ ਸੀਟਾਂ ਮਿਲੀਆਂ ਸਨ 2017 ਵਿੱਚ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਮੈਦਾਨ ਦੇ ਵਿੱਚ ਉਤਾਰਿਆ। ਮੋਦੀ ਦੇ ਚਿਹਰੇ ਤੇ ਚੋਣ ਲੜਨ ਦਾ ਫਾਇਦਾ ਭਾਜਪਾ ਨੂੰ ਯਕੀਨੀ ਤੌਰ ਤੇ ਮਿਲਿਆ ਤੇ ਪਾਰਟੀ ਸੱਤਾ ਵਿਰੋਧੀ ਹੋਣ ਦੇ ਬਾਵਜੂਦ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੀ। ਹਾਲਾਂਕਿ ਇਸ ਵਾਰ ਸੀਟਾਂ ਦੀ ਗਿਣਤੀ 100 ਦੇ ਅੰਕੜੇ ਨੂੰ ਵੀ ਨਹੀਂ ਛੂ ਸਕੀ। 182 ਵਿਧਾਨ ਸਭਾ ਵਾਲੇ ਗੁਜਰਾਤ ਵਿੱਚ ਭਾਜਪਾ ਦੇ ਸਿਰਫ 99 ਵਿਧਾਇਕ ਹੀ ਜਿੱਤ ਸਕੇ। ਅਗਲੀ ਖਬਰ ਹੈ। 2 ਕਰੋੜ ਲੋਕਾਂ ਨੂੰ ਨਹੀਂ ਮਿਲੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ ਬਾਰੇ ਇੱਕ ਹੋਰ ਵੱਡਾ ਅਪਡੇਟ ਆਇਆ ਹੈ ਸੰਟੀ ਦੇ ਲਈ ਕੇਂਦਰ ਸਰਕਾਰ ਵੱਲੋਂ ਚਾਰ ਫਿਲਟਰ ਲਗਾਏ ਗਏ ਨੇ ਚੌਥਾ ਫਿਲਟਰ ਲਾਗੂ ਹੁੰਦੇ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਸੂਚੀ ਤੋਂ ਲਗਭਗ 2 ਕਰੋੜ ਕਿਸਾਨਾਂ ਦੇ ਨਾਮ ਹਟਾ ਦਿੱਤੇ ਗਏ ਨੇ ਜੇਕਰ ਭਵਿੱਖ ਦੇ ਵਿੱਚ ਅਜਿਹਾ جاری ਰਿਹਾ ਤਾਂ 2 ਕਰੋੜ ਕਿਸਾਨਾਂ ਨੂੰ 13ਵੀਂ ਕਿਸ਼ਤਾ ਨਹੀਂ ਮਿਲੇਗੀ ਇਸ ਸੂਚੀ ਦੇ ਵਿੱਚੋਂ ਵਕ ਵਕ ਰਾਜਾਂ ਦੇ ਕਿਸਾਨਾਂ ਦੇ ਨਾਮ ਕੱਢ ਦਿੱਤੇ ਗਏ ਨੇ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਾਲੀ ਰੋਕਣ ਦੇ ਲਈ ਆਧਾਰ ਲਿੰਕ ਵਾਲਾ ਫਿਲਟਰ ਵੀ ਲਗਾ ਦਿੱਤਾ ਗਿਆ ਜਿਸ ਕਾਰਨ ਇਨ੍ਹਾਂ ਕਿਸਾਨਾਂ ਦੇ ਨਾਮ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਅਗਲੀ ਖਬਰ ਹੈ ਮੁੱਖ ਮੰਤਰੀ ਦੇ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਆਹ ਦੋਸਤੋ ਡਿਊਟੀ ਦੇ ਦੌਰਾਨ ਅਸੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੀ ਸਹਾਦਤ ਦੇ ਸਤਕਾਰ ਵਜੋਂ ਪਰਿਵਾਰ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਿਪਾਹੀ ਮਨਦੀਪ ਨੇ ਨਕੋਦਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰੀ ਹੈ ਉਹਨਾਂ ਨੇ ਨਾਲ ਹੀ ਐਲਾਨ ਕੀਤਾ ਹੈ ਕਿ 2 ਕਰੋੜ ਰੁਪਏ ਦੇ ਵਿੱਚੋਂ 1 ਕਰੋੜ ਰੁਪਏ ਰਾਜ ਸਰਕਾਰ ਦੇ ਵੱਲੋਂ ਐਕਸ ਗ੍ਰੇਸ਼ੀਆ ਗ੍ਰਾਂਟ ਦੇ ਤਹਿਤ ਵੱਜੋਂ ਦਿੱਤੇ ਜਾਣਗੇ ਜਦੋਂ ਕਿ 1 ਕਰੋੜ ਰੁਪਏ ਬੀਮੇ ਦੀ ਅਦਾਇਗੀ ਵੱਜੋਂ HDFC ਬੈਂਕ ਵੱਲੋਂ ਦਿੱਤੇ ਜਾਣਗੇ ਅਗਲੀ ਖਬਰ ਹੈ ਪਾਵਰਕਾਮ ਦੇ ਵੱਲੋਂ ਘਰੇਲੂ ਅਤੇ ਗੈਰ ਰਹਿਸੀ ਖਪਤਕਾਰਾਂ ਦੇ ਬਿਜਲੀ ਮੀਟਰਾਂ ਦੇ ਲੋਡ ਵਧਾਉਣ ਦੀ ਤਿਆਰੀ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਦਾ ਤੋਹਫਾ ਦਿੱਤੇ ਜਾਣ ਤੋਂ ਬਾਅਦ ਠੱਪ ਪਏ ਪਾਵਰਕਾਮ ਦੀ ਵਿੱਤੀ ਹਾਲਤ ਨਾਲ ਨਿਪਟਣ ਦੇ ਲਈ ਪਾਵਰਕਾਮ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੈਗੂਲੇਟਰੀ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਪਾਵਰਕਾਮ ਨੇ ਪਿਛਲੇ ਅਕਤੂਬਰ ਮਹੀਨੇ ਦੇ ਵਿੱਚ ਘਰੇਲੂ ਅਤੇ ਗੈਰ ਰਹਿਸੀ ਖਪਤਕਾਰਾਂ ਦੇ ਲਈ ਆਪਣੇ ਅਨਅਧਿਕਾਰਤ ਬਿਜਲੀ ਲੋਡ ਨੂੰ ਨਿਯਮਤ ਕਰਨ ਦੇ ਲਈ ਸਵੇ ਇੱਛਕੋਜਨਾ ਸਕੀਮ ਲਾਗੂ ਕੀਤੀ ਹੈ ਪਰ ਖਪਤਕਾਰਾਂ ਵੱਲੋਂ ਇਸ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਇਸ ਕਾਰਨ ਪਾਵਰਕਾਮ ਨੇ ਹੁਣ ਇਸ ਤੇ ਕਾਰਵਾਈ ਕਰਨ ਦੇ ਲਈ ਕਮਿਸ਼ਨ ਤੋਂ ਪ੍ਰਵਾਨਗੀ ਲੈ ਲਈ ਹੈ ਪਾਵਰਕਾਮ ਦੇ ਵੱਲੋਂ ਦਿੱਤੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿੱਚ 54 115000 ਘਰੇਲੂ ਖਪਤਕਾਰ ਅਜਿਹੇ ਹਨ ਜਿਨ੍ਹਾਂ ਦਾ ਬਿਜਲੀ ਦਾ ਲੋਡ 2 ਕਿਲੋਵਾਟ ਤੱਕ ਹੈ ਪਹਿਲਾਂ ਦੀ ਯੋਜਨਾ ਦੇ ਅਨੁਸਾਰ ਇੱਕ ਖਪਤਕਾਰ ਆਪਣੇ ਬਿਜਲੀ ਦਾ ਲੋਡ 100% ਤੱਕ ਵਧਾ ਸਕਦਾ ਹੈ ਜਿਸ ਕਾਰਨ ਇਸ ਵਰਗ ਦੇ ਖਪਤਕਾਰ ਆਪਣੀ ਬਿਜਲੀ ਸਿਰਫ 4 ਕਿਲੋਵਾਟ ਤੱਕ ਵਧਾ ਸਕਦੇ ਨੇ ਜੇਕਰ ਇਸ ਵਰਗ ਦੇ ਖਪਤਕਾਰਾਂ ਨੇ ਆਪਣੀ ਬਿਜਲੀ ਲੋਡ 10 ਕਿਲੋਵਾਟ ਤੱਕ ਵਧਾਉਣਾ ਚਾਹਿਆ ਤਾਂ ਉਹ ਇਹ ਨਹੀਂ ਕਰਵਾ ਸਕਣਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕੀ ਪਾਵਰਕਾਮ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ ਕਮਿਸ਼ਨ ਨੇ 50 ਕਿਲੋਵਾਟ ਦੇ ਪ੍ਰਵਾਨਿਤ ਲੋਡ ਵਾਲੇ ਘਰੇਲੂ ਖਪਤਕਾਰ ਅਤੇ 20 ਕਿਲੋਵਾਟ ਦੇ ਪ੍ਰਵਾਨਿਤ ਲੋਡ ਵਾਲੇ ਗੈਰ ਰਹਿਸੀ ਖਪਤਕਾਰਾਂ ਦੇ ਲਈ ਲੋਡ ਵਿੱਚ 100 ਫੀਸਦੀ ਵਾਧੇ ਦੀ ਸੀਮਾ ਹਟਾ ਦਿੱਤੀ ਹੈ ਪਰ ਵਧਿਆ ਲੋਡ 100 ਕਿਲੋਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੁਣ ਇਹ ਸਕੀਮ ਅਗਲੇ 45 ਦਿਨਾਂ ਲਈ ਲਾਗੂ ਰਹੇਗੀ ਜਿਸ ਨੂੰ ਹੋਰ 1 ਮਹੀਨੇ ਲਈ ਵਧਾਇਆ ਜਾ ਸਕਦਾ ਹੈ ਅਗਲੀ ਖਬਰ ਹੈ ਪੰਜਾਬ ਦੇ ਸਕੂਲਾਂ ਵਿੱਚ ਬਿਜਲੀ ਕਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ ਤਾਂ ਦੋਸਤੋ ਪੰਜਾਬ ਦੇ 8 ਸਰਕਾਰੀ ਸਕੂਲਾਂ ਦਾ ਬਿੱਲ ਨਾ ਭਰਨ ਦੇ ਕਰਕੇ ਪਾਵਰਕਾਮ ਦੇ ਵੱਲੋਂ ਕੱਟੇ ਗਏ ਸਕੂਲਾਂ ਦੇ ਕਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਪਾਵਰਕਾਮ ਨੂੰ ਚਿੱਠੀ ਲਿਖਣਗੇ ਕਿ ਜਿਹੇ ਸਕੂਲਾਂ ਦੇ ਕਨੈਕਸ਼ਨ ਨਾ ਕੱਟਣ ਕਿਉਂਕਿ ਪ੍ਰੀਖਿਆ ਦੇ ਦਿਨ ਹਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਸਕਦੀ ਹੈ ਅਗਲੀ ਖਬਰ ਹੈ ਨਕੋਦਰ ਦੇ ਵਿੱਚ ਕੱਪੜੇ ਦੇ ਕਾਰੋਬਾਰੀ ਦੇ ਕਤਲ ਦੀ ਗੈਂਗਸਟਰ ਸੰਪਤ ਨਹਿਰਾ ਨੇ ਲਈ ਜ਼ਿੰਮੇਵਾਰੀ ਪੋਸਟ ਪਾ ਕੇ ਦਿੱਤੀ ਧਮਕੀ ਤਾਂ ਦੋਸਤੋ ਜਲੰਧਰ ਦੇ ਨਕੋਦਰ ਵਿਖੇ ਬੀਤੇ ਰਾਤ 30 ਲੱਖ ਦੀ ਫਰੋਤੀ ਨਾ ਦੇਣ ਕਰਕੇ ਕੱਪੜੇ ਦੇ ਕਾਰੋਬਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਾਦ ਦੇ ਵਿੱਚ ਘਟਨਾ ਦੌਰਾਨ ਜ਼ਖਮੀ ਹੋਏ ਟਿੰਮੀ ਦੇ ਗਨਮੈਨ ਮਨਦੀਪ ਸਿੰਘ ਦੀ ਵੀ ਮੌਤ ਹੋ ਗਈ। ਇਸ ਕਤਲकांड ਦੀ ਜ਼ਿੰਮੇਵਾਰੀ ਲੌਰੈਂਸ ਬਸਨੋਈ ਦੇ ਖਾਸਮ ਖਾਸ ਗੈਂਗਸਟਰ ਸੰਪਤ ਨਹਿਰਾ ਵੱਲੋਂ ਲੈ ਲਈ ਗਈ ਹੈ। ਸੰਪਤ ਨਹਿਰਾ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਿਖਿਆ ਕਿ ਟਿੰਮੀ ਚਾਵਲਾ ਦਾ ਕਤਲ ਮੈਂ ਕਰਵਾਇਆ। ਉਸਨੇ ਲਿਖਿਆ ਕਿ ਟਿੰਮੀ ਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਪੁਲਿਸ ਸੁਰੱਖਿਆ ਕਾਰਨ ਹਵਾ ਵਿੱਚ ਉੱਡਿਆ ਰਿਹਾ। ਹੁਣ ਉਸ ਦੀ ਹਵਾ ਅਸੀਂ ਕੱਢ ਦਿੱਤੀ ਹੈ। ਅਗਲੀ ਖਬਰ ਹੈ ਸੋਨੀਆ ਗਾਂਧੀ ਚਾਰ ਰੋਜ਼ਾ ਦੌਰੇ ਤੇ ਰਾਜਸਥਾਨ ਪਹੁੰਚੀ ਤਾਂ ਦੋਸਤੋ ਕਾਂਗਰਸ ਦੀ ਸਾਫਕਾ ਪ੍ਰਧਾਨ ਸੋਨੀਆ ਗਾਂਧੀ ਰਾਜਸਥਾਨ ਦੇ ਚਾਰ ਰੋਜ਼ਾ ਤਹਿਤ ਅੱਜ ਜ਼ਿਲ੍ਹਾ ਸਵਾਈ ਮਾਦੋਪੁਰ ਪਹੁੰਚੀ ਹੈ ਪਾਰਟੀ ਦੇ ਤਰਜਮਾਨ ਅਨੁਸਾਰ ਆਪਣੇ ਬੱਚੇ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦੇ ਨਾਲ 76ਵਾਂ ਜਨਮ ਦਿਨ ਮਨਾਵੇਗੀ ਆਗਲੀ ਖਬਰ ਹੈ ਪੰਜਾਬ ਸਰਕਾਰ ਦੇ ਵੱਲੋਂ 5-5 ਮਰਲੇ ਦੇ ਪਲਾਟਾਂ ਬਾਰੇ ਰਿਪੋਰਟ ਤਲਬ ਤਾਂ ਦੋਸਤੋ ਪੰਜਾਬ ਸਰਕਾਰ ਨੇ ਉਹਨਾਂ ਬੇਘਰੇ ਗਰੀਬ ਲੋਕਾਂ ਦੀ ਰਿਪੋਰਟ ਮੰਗ ਲਈ ਹੈ ਜਿਨ੍ਹਾਂ ਨੂੰ 5-5 ਮਰਲੇ ਦੇ ਪਲਾਟਾਂ ਲਈ ਯੋਗ ਪਾਇਆ ਗਿਆ ਸੀ ਪਰ ਉਹਨਾਂ ਦੇ ਕਬਜ਼ੇ ਨਹੀਂ ਦਿੱਤੇ ਗਏ ਤਾਨੂੰ ਦੱਸਿਏ ਕਿ ਪੰਜ-ਪੰਜ ਮਰਲੇ ਦੇ ਪਲਾਟਾਂ ਦੀ ਉਡੀਕ ਕਰ ਰਹੇ ਬੇਕਾਰ ਮਜ਼ਦੂਰ ਲੋਕਾਂ ਦੀ ਦਾਸਤਾਨ ਨੂੰ ਬਿਆਨ ਕਰਦੇ ਆ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਕੀਮ ਦੇ ਤਹਿਤ ਯੋਗ ਹੋਣ ਦੇ ਬਾਵਜੂਦ ਬਾਂਝੇ ਰਹੇ ਲਾਭਪਾਤਰੀਆਂ ਬਾਰੇ ਰਿਪੋਰਟ ਤਾਲਬ ਕਰ ਲਈ ਹੈ ਤੁਹਾਨੂੰ ਦੱਸਿਏ ਕਿ ਹੁਣ ਇਸ ਬਾਰੇ ਮੀਟਿੰਗ 21 ਦਸੰਬਰ ਨੂੰ ਰੱਖੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਲਿਸਟ ਬਣ ਜਾਵੇਗੀ ਅਗਲੀ ਖਬਰ ਹੈ ਕੈਨੇਡਾ ਦੇ ਵਿੱਚ ਮਾਰੀ ਗਈ ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਮੰਗਿਆ ਇਨਸਾਫ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਕੈਨੇਡਾ ਦੇ ਮਿਸੀਸਾਗਾ ਦੇ ਗੈਸ ਸਟੇਸ਼ਨ ਤੇ ਮਾਰੀ ਗਈ ਕੁੜੀ ਦੇ ਮਾਪਿਆਂ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਪਵਨਪ੍ਰੀਤ ਕੌਰ ਜਿਸ ਦੀ ਉਮਰ 21 ਸਾਲ ਦੀ ਪੈਟਰੋ ਕੈਨੇਡਾ ਗੈਸ ਸਟੇਸ਼ਨ ਦੇ ਬਾਹਰ 3 ਦਸੰਬਰ ਦੀ ਰਾਤ ਨੂੰ ਅਨਪਸਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਉਮਣੀ ਪੰਜਾਬੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਲੜਕੀ ਦੇ ਲਈ ਇਨਸਾਫ ਮੰਗਦੇ ਹਾਂ ਸਾਨੂੰ ਆਪਣੀ ਲੜਕੀ ਤਾਂ ਵਾਪਸ ਨਹੀਂ ਮਿਲਣੀ ਪਰ ਅਸੀਂ ਚਾਹੁੰਦੇ ਹਾਂ ਕਿ ਕਾਤਲ ਨੂੰ ਗ੍ਰਿਫਤਾਰ ਕੀਤਾ ਜਾਵੇ ਦੱਸਣਾ ਬਣਦਾ ਕਿ ਪਵਨਪ੍ਰੀਤ ਕੌਰ 18 ਸਾਲ ਦੀ ਉਮਰ ਵਿੱਚ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਲਈ ਗਈ ਸੀ ਪਵਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਮਾਪਿਆਂ ਦੀ ਖੁਆਇਸ਼ ਸੀ ਕਿ ਉਹਨਾਂ ਦੇ ਬੱਚੇ ਬਾਹਰ ਜਾ ਕੇ ਕੈਨੇਡਾ ਪੜ੍ਹਾਈ ਕਰਨ ਉਹਨਾਂ ਨੇ ਇਹੀ ਖੁਆਇਸ਼ ਦੇ ਨਾਲ ਆਪਣੀ ਬੱਚੀ ਕੈਨੇਡਾ ਭੇਜੀ ਸੀ ਪਰ ਪਵਨਪ੍ਰੀਤ ਦੀ ਮੌਤ ਦੇ ਨਾਲ ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਨੇ ਪਵਨਪ੍ਰੀਤ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪਸਤਾਵਾ ਹੋ ਰਿਹਾ ਹੈ ਕਿ ਉਹਨਾਂ ਨੇ ਆਪਣੀ ਬੱਚੀ ਕੈਨੇਡਾ ਕਿਉਂ ਭੇਜੀ ਇਸ ਤੋਂ ਪਹਿਲਾਂ ਕੈਨੇਡਾ ਦੀ ਪੁਲਿਸ ਨੇ ਹਮਲਾਵਰ ਦੇ ਹੋਰ ਬੇਰਵੇ ਵੀ ਨਸਰ ਕਰ ਲਈ ਨੇ ਹਮਲਾਵਰਾਂ ਨੇ ਪਵਨਪ੍ਰੀਤ ਤੇ ਹਮਲਾ ਕਰਨ ਵੇਲੇ ਮੂੰਹ ਸਿਰਫ ਢੱਕਣ ਵਾਲੀ ਜੈਕਟ ਪਾਈ ਹੋਈ ਸੀ ਪੁਲਿਸ ਨੇ ਦਾਵਾ ਕੀਤਾ ਕਿ ਹਮਲਾਵਰ ਦਾ ਸਾਈਕਲ ਮਿਲ ਗਿਆ ਹੈ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਦੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਬਹੁਤ ਬਹੁਤ ਧੰਨਵਾਦ ਪੰਡਿਤ ਐਮ ਕੇ ਸ਼ਰਮਾ ਫੀਸ ਨਹੀਂ ਇਨਾਮ ਲਵਾਂਗਾ ਤੋខਾ ਨਹੀਂ ਕੰਮ ਕਰਾਂਗਾ ਮਾਤਾ ਰਾਣੀ ਨੇ ਚਾਇਆ ਤੱਕ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜੂੜ ਅਜ਼ਮਾਓ ਪੰਡਿਤ ਐਮ ਕੇ ਸ਼ਰਮਾ ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ 'ਚ ਰੁਕਾਵਟ ਮਾਤਾ ਪਿਤਾ ਨੂੰ ਮਨਾਉਣਾ ਇੱਕ ਵਾਰ ਮਿਲਾਓ ਫੋਨ ਤੇ ਜਰੂਰ ਅਜ਼ਮਾਓ ਆਪਣੀ ਕਿਸਮਤ ਕਰੋ ਸੰਪਰਕ 9879395956